ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ ਐਵਰੀਵਨ। ਅਤੇ ਅੱਜ ਅਸੀਂ ਕਰ ਲਿਆ ਆਪਣਾ ਵਲੋਗ ਸਵੇਰੇ ਸਵੇਰੇ ਸਟਾਰਟ। ਅਤੇ ਅੱਜ ਮੈਂ ਸਵੇਰੇ ਸਵੇਰੇ ਹੋ ਗਈ ਹਾਂ, ਨਹਾ ਧੋ ਕੇ ਵਾਲ ਮੈਂ ਆਪਣੇ ਧੋਲੇ ਨੇ ਅਤੇ ਆਪਣੇ ਨੇਲਸ ਵੀ ਕੱਟ ਕਰ ਲਏ ਨੇ। ਅਤੇ ਹੁਣ ਮੈਂ ਚੀਕੂ ਨੂੰ ਲੈ ਕੇ ਬੈਠੀ ਹਾਂ ਆਰਾਮ ਨਾਲ, ਅਤੇ ਉਹ ਵਿਚਾਰਾ ਸੁੱਤਾ ਪਿਆ ਕਿਉਂਕਿ ਉਹਨੇ ਹਜੇ ਆਪਣਾ ਬ੍ਰੇਕਫਾਸਟ ਕੀਤਾ ਹੈ। ਅਤੇ ਹਜੇ ਅਸੀਂ ਰੋਟੀ ਕੋਈ ਨਹੀਂ ਖਾਧੀ ਹੈਗੀ, ਅਤੇ ਥੋੜ੍ਹੀ ਦੇਰ ਮੰਮਾ ਨੇ ਮੇਰੇ ਵਾਲ ਸੁਕਾਏ ਨੇ, ਅਤੇ ਹੁਣ ਸਾਡੀ ਰੋਟੀ ਵੀ ਆ ਜਾਏਗੀ ਥੋੜ੍ਹੇ ਟਾਈਮ 'ਚ। ਫਿਰ ਅੱਜ ਦਾ ਸਾਡਾ ਜੋ ਪਲਾਨ ਹੈ ਉਹ ਤੁਹਾਨੂੰ ਦੱਸ ਦਿੰਦੀ ਹਾਂ, ਚਲੋ ਬਾਅਦ 'ਚ ਦੱਸਾਂਗੀ, ਰਹਿਣ ਦਿੰਦੀ ਹਾਂ। ਚੀਕੂ ਦਾ ਸਿਰ ਦਿਖਾਏ ਹੁਣ, ਚੀਕੂ ਦਾ ਸਿਰ ਹੁਣ ਥੋੜ੍ਹਾ ਥੋੜ੍ਹਾ ਠੀਕ ਹੈ, ਸਾਈਡ 'ਤੇ ਹੋਈ ਹੱਥ ਪਰਾਂ ਕਰੀ। ਨਹੀਂ ਉਹ ਫੌਜ ਵੇਖੋ ਸਾਡੇ ਨਾਲ ਸ਼ੁਰੂ ਤੋਂ ਮੇਰਾ ਵੀ ਐਵੇਂ ਗਰੋਲਾ ਹੋ ਗਿਆ ਸੀ, ਮੈਂ ਵੀ ਡਿੱਗੀ ਸਾਂ, ਫਤਿਹ ਵੀ ਯਸ਼ ਵੀ ਰੇ ਤਾਂ ਦੋ ਵਾਰ ਹੋਇਆ ਸੀ ਇੱਥੇ। ਅਤੇ ਵੇਖੋ ਹੁਣ ਆਹ ਕੰਟੀਨਿਊ ਤਾਂ ਹੋਣੀ ਸੀ ਪਰੰਪਰਾ, ਇਸ ਕਰਕੇ ਆਹ ਵੀ ਡਿੱਗ ਗਿਆ ਵਿਚਾਰਾ। ਅਤੇ ਮੈਂ ਬਹੁਤ ਗਿਲਟੀ ਫੀਲ ਕਰਨੀ ਕਿਉਂਕਿ ਮੇਰੇ ਹੱਥਾਂ 'ਚੋਂ ਡਿੱਗਿਆ ਸੀ, ਬਟ ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਚਾਹ ਸਾਡਾ ਚੀਕੂ। ਅਤੇ ਹੁਣ ਤਾਂ ਅਸੀਂ ਮਿਲਦੇ ਹਾਂ ਬਾਅਦ 'ਚੋਂ। ਬਾਏ। ਕੀ ਹੋ ਗਿਆ, ਸਾਰਾ ਪਲਾਨ ਧਰਿਆ ਧਰਾਇਆ ਰਹਿ ਗਿਆ ਸਾਡਾ ਜੀ। ਕੋਈ ਨਹੀਂ, ਪਲਾਨ ਵੇਖੋ ਸਾਡਾ, ਪਤੰਗ ਵੇਖੋ ਅੱਜ ਕਿੱਡਾ ਵੱਡਾ, ਤੇ ਕਿੱਡਾ ਵੱਡਾ ਪਤੰਗ ਸੀ ਇੱਕ, ਬਟ ਉਹ ਆਪਾਂ ਫਿਰ ਵੇਖਾਂਗੇ ਲਿਆਏ ਕਿਉਂ ਨਹੀਂ, ਡਾਰਵਿਨ ਨੇ ਕਿਵੇਂ ਦੌੜਦਾ। ਉਹਦੇ ਕੋਲ ਚੋਖਾ ਏਡਾ ਵੱਡਾ ਸੀ, ਉਹ ਡਾਣਾ ਬੜਾ ਔਖਾ ਹੁੰਦਾ ਹੋਣਾ, ਵੀ ਵੱਡਾ ਜ਼ਿਆਦਾ ਹੈ, ਵੇਨੇ ਕਿੰਨੇ ਈਜ਼ੀਲੀ ਉੱਡਦਾ ਹੈ। ਉੱਡੇਗਾ ਪਤਾ ਨਹੀਂ, ਪਤਾ ਨਹੀਂ ਕਿੰਨੇ ਕੁ ਪਾੜ ਛੱਡਦੇ ਨੇ, ਪਾੜ ਪਾੜ ਕੇ ਪਾੜ ਪਾੜ ਡੇਲੀ 10 10 ਪਤੰਗ ਜੇ ਉੱਡੇਗਾ, ਨਹੀਂ ਉੱਡੇਗਾ ਵਧੀਆ ਹੈ ਉਹਦੇ ਜੇ ਉੱਡੇਗਾ। ਜਾਗੋ ਸੀਰਾ ਦਾ ਵੀ ਸੇਮ ਹੈਗਾ, ਵੈਰੀ ਗੁੱਡ। ਤਾਂ ਮੈਂ ਕਿਹਾ ਸੀ ਇੰਨੀ ਕੜਕ ਨਾ ਧੋਪੇ, ਪਤੰਗ ਵਿਚਾਰੀ ਸਾਡੀ ਏਡੀ ਵੱਡੀ ਹੈ ਤੇ ਬਹੁਤ ਦੂਰ ਤੱਕ ਅਸੀਂ ਡਾਵਾਂਗੇ। ਫਾਈਨਲੀ ਯਾਰ ਤੇ ਬਾਬਾ ਇੱਕ ਟਾਈਮ ਸੀ ਉੱਡ ਗਈ ਹੈ ਨਾ, ਅਨਐਕਸਪੈਕਟਿਡ। ਜੋ ਸਾਡਾ ਪਤੰਗ ਉੱਡ ਗਿਆ, ਉਹ ਵੇਖੋ ਚੜ ਗਿਆ ਉੱਤੇ, ਮੈਂ ਜ਼ੂਮ ਕਰਕੇ ਵਿਖਾਉਣਾ, ਲੱਗਦਾ ਹੈ ਇੰਨੀ ਨੇੜੇ ਪੇਪਰ ਗਾ ਜੋ ਬੜੀ ਦੂਰ ਹੈ। ਵੇਖੋ ਆਹ ਵੇਖੋ ਬਹੁਤ ਵੱਡਾ ਪਤੰਗ, ਦੂਰ ਜਾ ਕੇ ਤਾਂ ਬਿਲਕੁਲ ਛੋਟਾ ਲੱਗਦਾ, ਸਾਨੂੰ ਵੇਖਦਾ ਨਹੀਂ ਪਿਆ। ਅਤੇ ਇੰਨੀ ਜ਼ਿਆਦਾ ਧੁੱਪ ਹੋ ਰਹੀ ਹੈ ਕਿ ਹਵਾ ਤੋਂ ਬਿਨਾਂ ਨਾ ਰਿਹਾ। ਇਹਦੇ ਕਲਰ ਹੋਰ ਤਰ੍ਹਾਂ ਦੇ ਆਣ ਡੇ ਨੇ, ਬੜਾ ਸੋਹਣਾ। ਫਤਿਹ ਕਿੱਦਾਂ ਫਿਰ ਪ੍ਰੋ ਹੋ ਗਿਆ ਫਤਿਹ, ਹੈਨਾ ਘੱਟ ਹਵਾ 'ਚ ਵੀ ਆਪਾਂ ਪਤੰਗ ਚੜਾ ਲਿਆ, ਥੱਲੇ ਥੱਲੇ ਹਵਾ, ਉੱਤੇ ਹਵਾ ਘੱਟ ਸੀ, ਬੜੀ ਮੁਸ਼ਕਿਲ ਉੱਡਿਆ ਨਾ ਫਤਿਹ, ਮਜ਼ਾ ਆ ਗਿਆ। ਸੀਰਤ ਥੱਲੇ ਤੁਰ ਗਈ ਹੈ, ਮਜ਼ੇ ਲੈ ਰਹੇ ਹਾਂ ਅੱਜ ਬੜੇ ਦਿਨਾਂ ਦੀ ਤਮੰਨਾ ਸੀ ਪਤੰਗ ਦੀ, ਲਿਆ ਲਿਆ ਕੇ, ਪਤਾ ਨਹੀਂ ਕਿੰਨੇ ਪਤੰਗ ਇਹਨਾਂ ਪਾੜ ਛੜੇ ਨੇ ਉੱਡਿਆ ਅੱਜ ਸਾਡੇ ਕੋਲ, ਮੈਂ ਉਦੋਂ ਦਾ ਡਾਇਆ ਨਹੀਂ ਨਾ ਇਹਨਾਂ ਦੇ ਨਾਲ। ਪਾਪਾ ਵੀ ਡਾਂ ਲੱਗਦੇ ਨੇ, ਧੁੱਪ ਬੜੀ ਯਾਰ, ਧੁੱਪ ਵਾਲੀ ਸੂਰਜ ਵਾਲੀ ਸਾਈਡ ਨੂੰ ਹੀ ਹਵਾ ਏ, ਬਿਲਕੁਲ ਸੂਰਜ ਦੇ ਉੱਤੇ ਵੇ ਪਤੰਗ ਉੱਡਦਾ ਨਹੀਂ ਪਿਆ, ਕਰ ਛੜੀਆਂ ਉੱਡਦਾ ਤੇ ਵਧੀਆ ਪਿਆ ਹੁਣ ਤੇ, ਉੱਡਦਾ ਕਿਸੇ ਵੇ ਮੈਨੂੰ ਤੇ ਦਿਖਦਾ ਹੀ ਨਹੀਂ ਪਿਆ, ਉੱਤੇ ਵੇਖਦਾ ਬੇਟਾ, ਦਿਸਦੇ ਨੀ ਕੁਛ ਵੀ, ਧੁੱਪੇ ਨੀ ਹੋ ਰਿਹਾ, ਧੁੱਪ ਸੂਰਜ ਪਾਣ ਨੂੰ ਜਾਏਗਾ ਤੇ ਫਿਰ ਗੱਲ ਬਣੇਗੀ।
ਹਾਂ ਗਾਈਸ, ਸਾਡੇ ਅੱਖਾਂ ਦਾ ਨਾਸ ਹੋਣ ਵਾਲਾ ਅੱਜ, ਅਤੇ ਸਾਡੀ ਅੱਖਾਂ ਦਾ ਨਾਸ ਹੋ ਗਿਆ ਅਤੇ ਪਾਪਾ ਦਾ ਵੀ ਹੋ ਗਿਆ ਨਾਸ, ਅਤੇ ਹੁਣ ਪਾਪਾ ਤਾਂ ਵੀ ਡਰੀ ਜਾ ਰਹੇ ਨੇ। ਚੀਕੂ ਚੀਕੂ ਟੂਟੀ ਫਰੂਟੀ ਟੂਟੀ ਫਰੂਟੀ, ਉਹਨੇ ਵੇਖ ਲਿਆ ਹੋਇਆ ਸਾਨੂੰ। ਹਾਂ ਕੀ ਕਰਨਾ ਪਿਆ, ਧੁੱਪ ਛੇਕਣਾ ਪਿਆ ਆਕੋ, ਧੁੱਪ ਛੇਕਦਾ ਪਿਆ ਜੀ। ਹਾਂ ਆਉਣ ਲੱਗਿਆ ਸੀ, ਆਉਣ ਲੱਗਿਆ ਪਤਾ ਫੜੀ ਫੋਨ ਜੂਮ ਕਰਦਾ ਸਾਨੂੰ। ਚੀਕੂ 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 ਟੂਟੀ ਫਰੂਟੀ ਟੂਟੀ ਫਰੂਟੀ, ਉਹ ਕਮਲਾ ਹੋ ਗਿਆ। ਟੂਟੀ ਫਰੂਟੀ ਟੂਟੀ ਫਰੂਟੀ, ਇਹਨੂੰ ਟੂਟੀ ਫਰੂਟੀ ਨਾਮ ਜ਼ਿਆਦਾ ਪਸੰਦ ਹੈ। ਹਾਂ ਟੂਟੀ ਫਰੂਟੀ ਜ਼ਿਆਦਾ ਵਧੀਆ ਲੱਗਦਾ। ਆ ਲੱਗੇ ਤੇ ਕੋ ਥੱਲੇ ਓਕੇ ਆਏ ਬਸ ਥੋੜੀ ਦੇਰ ਚ। ਕੁੱਕੀ ਬੁੱਕੀ ਜੀ ਆ ਜਾਓ, ਆ ਜਾਓ ਮੀ ਝੋਲੀ ਚ, ਆ ਜਾਓ ਮੀ ਝੋਲੀ ਚ, ਆ ਜਾਓ। ਕੀ ਕਰਦਾ ਜੀ, ਇਤੋ ਮਸਤੀ ਕਰੀਏ, ਇਹ ਆਪਾਂ ਕਾਕੇ ਨਾਲ ਮਸਤੀ ਕਰਾਂਗੇ। ਟੂਟੀ 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 ਫਰੂਟੀ ਕੁੱਤੀ 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 ਕੁੱਤੀ, ਕਿੰਨੀ ਮਸਤੀ ਕਰਦੀ ਕੁੱਤੀ ਕੁੱਤੀ ਕੁੱਤੀ। ਇਹਦਾ ਕੰਮ ਸ਼ੇਅਰ ਹੈ ਬੱਚੇ ਹੁੰਦੇ ਦੋਵੇਂ ਜਣੇ ਓਵੇਂ ਗੁਸਰੇ ਨੂੰ ਜੱਫੀ ਪਾ ਕੇ ਸੁੱਤੇ ਸਨ। ਚਿੱਕ ਪਹਿਲਾਂ ਨਾਲ ਤਾਂ ਪਾਪਾ ਠੀਕ ਹੋ ਲੱਗਦਾ ਪਿਆ ਮੱਥਾ ਹਨਾ, ਤੇ ਪਾਪਾ ਹੁਣ ਇਹਨੂੰ ਸ਼ਾਮ ਨੂੰ ਡਾਕਟਰ ਨੂੰ ਇੱਕ ਵਾਰ ਵਿਖਾ ਕੇ ਲਿਆਉਣਗੇ, ਕਿਉਂਕਿ ਇਹਨੂੰ ਥੋੜ੍ਹੀ ਜਿਹੀ ਅਜੀਬ ਜਿਹਾ ਮਤਲਬ ਜਿਵੇਂ ਡਿੱਗਦਾ ਪਿਆ ਸੀ ਉਹ ਵੀ, ਬਾਕੀ ਹੁਣ ਤਾਂ ਆ ਠੀਕ ਹੀ ਅੱਗੇ ਨਾਲੋਂ। ਪਹਿਲਾਂ ਅਸੀਂ ਇਸ ਨੂੰ ਕਰ ਲੈਂਦੇ ਫਤਿਹ, ਇਹ ਨਾਈਫ ਨੂੰ ਵੀ ਨਾ ਬੱਚਿਆਂ ਵਾਲੇ ਨਹੀਂ ਹੁੰਦੇ ਹੈਗੇ, ਠੀਕ ਹੈ ਦੀਦੀ ਨੂੰ ਕਰ ਲੈਂਦੇ ਕਟਿੰਗ। ਚੱਲ ਇੱਧਰ ਹੋ ਜਾ ਮੇਰਾ ਬੇਟਾ, ਤੂੰ ਕੀ ਚਾਹੋ ਬਾਹਰ ਚੱਲ, ਤੇਲ ਹੋ ਚੱਲਦਾਪਹਿਰੇ ਕਿਸੇ ਨੇ ਕੁਝ ਖਾਣਾ ਨਹੀਂ ਸੀ ਹੈਗਾ, ਇਹ ਕਹਿੰਦੇ ਨੇ ਸਾਨੂੰ ਭੁੱਖ ਲੱਗ ਗਈ, ਇਹਨਾਂ ਨੂੰ ਹੁਣ ਬਣਾ ਕੇ ਦੇਣ ਲੱਗੇ ਆਪਾਂ। ਸਿਹਤ ਇੱਕ ਕੱਟ ਲੈਂਦੇ ਬੇਟਾ ਇਹਨੂੰ, ਤੈਨੂੰ ਪਤਾ ਤਾਂ ਇਹਨੇ ਜਾਨ ਨੀ ਛੱਡਣੀ ਹੈਗੀ, ਕੱਟ ਲੈਂਦੇ ਠੀਕ ਹੈ। ਚੱਲ ਫਤਿਹ ਰੁਕ ਜਾ, ਫਿਰ ਤੂੰ ਤਾਂ ਤੰਗ ਨਾ ਕਰਿਆ ਕਰ, ਧੁੱਪੇ ਲੈ ਜਾ ਠੀਕ ਹੈ, ਫਿਰ ਮੈਂ ਉੱਥੇ ਸੇਰ ਕਰਾਂਗੀ ਤੁਹਾਡੇ। ਮੈਨੂੰ ਮੰਮਾ ਨੇ ਬੁਲਾਇਆ ਤੇ ਪਤਾ ਨਹੀਂ ਕਿਸ ਗੱਲ ਤੋਂ ਬੁਲਾਇਆ, ਗੈਸ ਸੀ ਤੇ ਚੱਲਦੀ ਵੀ ਹੈ, ਮੁੱਲਾ ਤਾਂ ਕੁਛ ਨਾ ਕੁਛ ਤਾਂ ਖਤਰਨਾਕ ਬਣਾਇਆ ਮੰਮਾ ਨੇ, ਤੇ ਵੇਖਦੇ ਹਾਂ। ਮੰਮਾ ਕੀ ਬਣਾ ਰਹੇ ਹੋ? ਓ ਭਾਈ ਫਰਾਈਜ਼, ਫਰਾਈਜ਼ ਅੱਜ ਬਣ ਗਏ ਨੇ ਫਰਾਈਜ਼, ਦਾਦੀ ਮੰਮਾ ਨੇ ਸਾਨੂੰ ਬਣਾਤੀਆਂ ਨੇ ਤੇ ਬੜੀ ਮਸਾਂ ਬਣਾਈਆਂ ਨੇ। ਕਿਉਂ ਕੀ ਹੋ ਗਿਆ ਅੱਜ? ਮੰਮਾ ਤੁਸੀਂ ਤਾਂ ਮਨਾ ਕਰ ਜਾਂਦੇ ਹੋ ਬਾਰ ਬਾਰ। ਅੱਛਾ ਆ ਜਾ ਤਾਂ ਮੋਟਾ ਇਹ ਮਿੱਤਰੇ ਨੂੰ ਕੱਢ ਲਓ ਕੱਢ ਲਓ, ਪਹਿਲਾਂ ਸਾਰੇ ਹੋ ਗਏ ਨੇ ਚੰਗੀ ਤਰ੍ਹਾਂ ਵੈਸੇ। ਚੱਲ ਆ ਫਤਿਹ ਨੇ ਇੱਥੇ ਜੂਸ ਵੀ ਪਾ ਲਿਆ ਵਿੱਚ ਮੇਰਾ ਇਹ ਚਾਰ। ਹਾਂ ਫਤਿਹ ਨੇ ਦੇਖੋ ਕਿੱਡੀ ਚੀਟ ਕੀਤੀ, ਡਬਲ ਗਲਾਸ ਪਿਆ ਤਾਂ ਨਹੀਂ ਹਾਂ ਉਹਨਾਂ ਪਿਆ, ਡਬਲ ਪਿਆ ਇਹ ਚੂਚਾ ਜਿਹਾ ਕਰਦਾ ਕੀ। ਚੱਲ ਚੱਲੀਏ, ਚੀਕ ਨੂੰ ਥੱਲੇ ਛੱਡ ਸਿਰ ਤੋਂ, ਤੂੰ ਧੁੱਪ 'ਚ ਖੇਡੇ ਜਿਹੜਾ
ਠੀਕ ਹੈ ਕੋਈ ਗੱਲ ਨਹੀਂ ਹੁਣ ਠੀਕ ਹੈ ਐਵੇਂ ਹੀ ਮੈਂ ਉਹਨੂੰ ਇੰਨਾ ਖੇਡਿਆ ਮੇਰੇ ਨਾਲ ਉਹ ਇੰਨਾ ਮਸਤੀ ਕਰਦਾ ਪਿਆ ਸੀ ਹੁਣ ਨੀਂਦਰ ਵਿੱਚ ਤੂੰ ਉਹ ਹੈਂਡ ਵਾਸ਼ ਕਰਕੇ ਆ ਜਲਦੀ ਆ ਫਤਿਹ ਨੂੰ ਵੇਖੋ ਸਾਡੇ ਨਾਲ ਫਤਿਹ ਹੈਂਡ ਵਾਸ਼ ਨਹੀਂ ਨਾ ਬੇਟਾ ਹਾਏ ਰੱਬਾ ਚਲੋ ਖਾਓ ਖਾਓ ਫਿਰ ਸਿਰ ਦਾ ਸਿਰ ਕਰਨ ਲੱਗੇ ਨੇ ਤੇ ਨਾਲ ਮੈਂ ਜੂਸ ਪੀ ਰਿਹਾ ਮੈਂ ਜੂਸ ਪੀਤਾ ਨਹੀਂ ਸੁਣ ਮੈਂ ਪੀ ਰਿਹਾ ਤੇ ਸਿਰ ਤੇ ਫੋਨ ਨੂੰ ਲੱਗੀ ਰਹਿੰਦੀ ਸਵੇਰ ਦੀ ਸਵੇਰ ਤੋਂ ਰਾਤ ਤੇ ਸਿਰ ਕਰਾਉਣ ਦੀ ਵਾਰੀ ਆਏ ਹੈਲੋ ਜੀ ਗਾਈ ਵਲੌਗ ਬਣਾਉਣ ਨੂੰ ਕਿਹਾ ਲੰਨਾ ਕਿ ਲੜਨ ਵਾਸਤੇ ਇਹ ਗਾਈ 24 ਘੰਟੇ ਫੋਨ ਚਲਾਉਂਦੀ ਰਹਿੰਦੀ ਨਾਲੇ 24 ਘੰਟੇ 10 ਮਿੰਟ ਚਲਾਉਂਦੀ ਹੈ ਬਹੁਤ ਜ਼ਿਆਦਾ ਸੈਂਸ ਬਣੀ ਮੰਮਾ ਤੁਸੀਂ ਸਮਝ ਨਹੀਂ ਪਾਉਂਦੇ ਤੇ ਉੱਥੇ ਤੁਹਾਡੇ ਚੀ ਕੁਛ ਹੋ ਰਿਹਾ ਉਹ ਵੇਖ ਪਾ ਰਹੇ ਹੋ ਤੇ ਤਾਂ ਮੈਂ ਜੂਸ ਪੀ ਰਿਹਾ ਫਰੈਂਡਸ ਚੰਪੀ ਕਰਾ ਕੇ ਨਾਰੀਅਲ ਦੇ ਤੇਲ ਦੇ ਨਾਲ ਮਜ਼ਾ ਆ ਜਾਂਦਾ ਹੈ ਪਿਕਨਿਕ ਬਣਾ ਲਈ ਆਪਣੀ ਹਾਂ ਪਾਰਕ ਚ ਅਸੀਂ ਫਰਾਈਜ਼ ਖਾਧੇ ਨੇ ਤੇ ਪਿਕਨਿਕ ਬਣਾ ਲਈਏ ਤੇ ਕੋਈ ਗੱਲ ਨੀ ਨੈਕਸਟ ਵੀਕ ਚੱਲਾਂਗੇ ਮਜ਼ਾ ਆਏਗਾ ਸਵਾਦ ਬਸ ਕਰ ਸੀ ਬਸ ਕਰ ਲੱਗ ਰਹੀ ਆ ਮੈਂ ਖੁਦ ਕੀਤੀ ਏ ਆਪਣੇ ਆਪ ਤੇ ਦਿਖਾਏਗੀ ਟਿਕਾ ਕੇ ਤਾਂ ਹੀ ਪਤਾ ਲੱਗੇਗਾ ਡੇਲੀ ਦੀ ਨੇਲ ਆਰਟ ਹੁੰਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਰਿਮੂਵ ਹੋ ਜਾਂਦੀ ਹੈ ਸਿੱਧੂ ਉਹਨੂੰ ਕੀ ਲਗਾ ਲਿਆ ਕੋਟੀ ਨੂੰ ਕੀ ਲਾ ਲਿਆ ਸ਼ੋਲਡਰ 'ਤੇ ਦੇਖੀ ਕਾਲ ਖਜੀ ਇੱਧਰ ਗੰਦੀ ਕਰ ਦਿੱਤੀ ਰੰਗ ਦਿਨ ਲਗਾਇਆ ਨਹੀਂ ਨਹੀਂ ਕਲਰ ਤਾਂ ਨਹੀਂ ਲੱਗਾ